ਅਸਲਾਮ ਵਾਲੇਕੁਮ ਗਾਇਜ਼, ਕੀ ਹਾਲ ਚਾਲ ਹੈ? ਠੀਕ ਹੋ? ਸਿਹਤ ਠੀਕ ਹੈ? ਤਬੀਅਤ ਠੀਕ ਹੈ? ਅੱਜ ਮੈਂ ਆਇਆ ਵਾਂ ਬੱਦੋ ਰੋਡ 'ਤੇ, ਸਟੇਟ 6 ਵਿੱਚ, ਬੱਦੀ ਪਾਰਕ ਸਟੇਟ 6 ਵਿੱਚ ਆਇਆ ਵਾਂ। ਮੇਰੇ ਕੋਲ ਦੋਸਤ ਲੱਗੇ ਸਨ, ਕੰਮ ਕਰਦੇ ਪਏ ਸੀ, ਅਤੇ ਮੈਂ ਉਹਨਾਂ ਵਾਸਤੇ ਖਾਣਾ ਲੈ ਕੇ ਆਇਆ ਵਾਂ। ਅਤੇ ਬੜੀ ਕੱਲ੍ਹ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਤੁਸੀਂ ਆਏ ਨਹੀਂ, ਆਏ ਤੁਸੀਂ ਘਰ, ਤੁਹਾਡੇ ਮਹਿਮਾਨ ਆਏ, ਤੁਹਾਡੇ ਮੁਹੱਲੇ ਆਏ, ਤੁਹਾਡੇ ਸ਼ਹਿਰ 'ਚ ਆਏ ਆ। ਅੱਜ ਮੈਨੂੰ ਫਿਰ ਮਜਬੂਰਨ ਆਉਣਾ ਪਿਆ, ਭਾਈਆਂ ਵਾਸਤੇ ਮੈਂ ਖਾਣਾ ਲੈ ਕੇ ਆਇਆ ਵਾਂ, ਸਪੈਸ਼ਲ ਘਰ ਬਣਵਾ ਕੇ। ਹੁਣ ਕੈਮਰਾ ਸਹੀ ਆ, ਹੁਣ ਸਹੀ ਆਇਆ ਨਾ? ਚਲੋ ਸ਼ੁਕਰ, ਸਹੀ ਚੱਲ ਰਿਹਾ। ਇਹ ਲੋਨ ਸ਼ੋਨ ਸਹੀ ਹੈ? ਘੱਟ ਨਹੀਂ ਆ ਨਹੀਂ ਪਾਏ ਕੈਮਰਾ ਹੀ ਆ। ਉਹ ਮੈਂ ਤਾਂ ਲੇਟ ਹੋ ਗਿਆ ਸਰ, ਮੈਂ ਹੋ ਗਿਆ ਉਹ ਸਾਈਨ ਕੁਠੇ ਹੋਇਆ ਸਾ ਲੋ ਗੁਣਿਆ ਆ ਗਿਆ ਮੈਂ ਪਹਿਲੇ ਵੀ ਦੇ ਦੋ ਯਾਰ
ਉਹ ਪਰਾਂਠੇ ਬਣਾ ਥੋੜੀ ਲਾਈ ਸੀ ਮੈਂ ਪੂਰੀ ਲਾਈ ਰਾਤੀ ਬਾਠੀ ਬੁੜੇ ਦਾ ਪਾਣੀ ਦੀ ਬੜੀ ਮਿਹਨਤ ਹੈ ਜੀ ਬੜੀ ਜੀ ਤੋ ਡਰਮ ਭਰਨਾ ਤੇ ਮਿਸੀ ਖਾਣਾ ਖਾ ਦੇ ਰਹੇ ਹਾਂ ਇੱਕ ਮਿਸੀ ਕਹਿ ਰਿਹਾ ਰੋਟੀ ਖਤਮ ਹੋ ਗਈ ਰੋਟੀ ਘੱਟ ਗਈ ਹੈ ਹੋਰ ਲਿਆ ਕੇ ਰੋਟੀ ਹੋਰ ਰੋਟੀ ਲੈਣ ਗਿਆ ਵਾਂ ਅਤੇ ਨਾਲ ਮਿਸੀ ਦਾ ਫੋਨ ਆ ਗਿਆ ਜੀ ਸੀਮਟ ਦੇ ਇੱਕ ਵਾਰੀ ਲੈਣ ਮੇਰੇ ਵਾਸਤੇ ਸੀਮਟ ਥੋੜ੍ਹਾ ਕਰਦਾ ਪਿਆ ਮੈਂ ਦੁਬਾਰਾ ਬੱਦਰ ਰੋਡ 'ਤੇ ਆਇਆ ਦੁਬਾਰਾ ਸੀਮਟ ਦੀ ਬੋਰੀ ਪਿੱਛੇ ਰੱਖੀ ਇਹ ਦੇਖੋ ਇਹ ਦੇਖੋ ਦੋ ਤਿੰਨ ਰੋਟੀ ਰੱਖੀਆਂ ਵਾਪਸ ਜਾ ਰਹੇ ਹਾਂ ਇਹ ਬੱਦਰ ਰੋਡ ਦਾ ਚੌਂਕ ਹੈ ਲੋਕੇਸ਼ਨ ਚੈੱਕ ਕਰ ਲਓ ਦੂਰ ਦੂਰ ਤੱਕ ਪਾਣੀ ਕਿਉਂ ਨਹੀਂ ਹੈਗਾ ਪਾਣੀ ਦਾ ਨਿਕਾਸ ਨਹੀਂ ਹੈਗਾ ਲੈਟ ਨਹੀਂ ਹੈ ਕਿਸੇ ਘਰ ਬੱਤੀ ਨਹੀਂ ਹੈ ਅੱਲਾ ਨੇ ਆਹਦੀ ਬਣਾਤੀ ਪਾਣੀ ਭਰ ਭਰ ਕੇ ਆਪਣਾ ਨਿਜ਼ਾਮ ਸੈੱਟ ਕਰਦੇ ਪਏ ਹਾਂ ਬੱਦਰ ਰੋਡ ਜ਼ਿਲ੍ਹਾ ਸ਼ੇਖਪੁਰਾ ਅਲ ਮਸ਼ਹੂਰ ਸੁਲਤਾਨ ਵਿਰਕ ਦਾ ਡੇਰਾ ਇਹ ਦੁਕਾਨਾਂ ਹਾਜੀ ਸੁਲਤਾਨ ਦੀਆਂ ਮਾਸ਼ਾਅੱਲਾ ਜੀ ਇਹ ਵੀ ਰਿਹਾਇਸ਼ ਹਾਜੀ ਸੁਲਤਾਨ ਦੀ ਆਪਣੇ ਮੁਲਾਜ਼ਮ ਨੂੰ ਦਿੱਤੀ ਹੋਈ ਹੈ